ਮੈਂ ਕਾਜੀ ਚਮੁਦਾ ਹਾਂ ਇਸ ਧਰਤੀ ਤੇ ਸਰਕਾਰ ਅਕਾਲੀ ਚਲੋ ਜਿਸ ਤਰ੍ਹਾਂ ਉਹਨਾਂ ਨੇ ਗੱਲ ਕਰੀ ਹੈ ਮੈਂ ਸਭ ਤੋਂ ਪਹਿਲਾਂ ਇਹ ਕਰਨਾ ਚਾਹਾਂ ਵੀ ਉਹ ਗੱਲਾਂ ਉਹਨੂੰ ਕਰਨੀਆਂ ਨਹੀਂ ਚਾਹੀਦੀਆਂ ਸੀ ਉਹਨਾਂ ਦੇ ਪਿਤਾ ਪ੍ਰਤੀ ਲੋਕਾਂ ਨੇ ਗੱਲ ਕਰਨੀ ਸੀ ਉਹਦਾ ਜਵਾਬ ਦੇਣ ਦੇ ਦੂਜਾ ਸੰਗਤਾਨ ਦਾ ਉਹ ਧੰਨਵਾਦ ਕਰਦੇ ਜਦੋਂ ਉਹਨਾਂ ਦੀ ਫਾਂਸੀ ਰੁਕੀ ਹੈ ਕਿਉਂਕਿ ਉਸ ਸਮ ਸੰਗਤਾਂ ਸੜਕਾਂ ਤੇ ਆਈਆਂ ਕੇਸਰੀ ਲਹਿਰ ਚੱਲੀ ਉਹਨਾਂ ਦੀ ਫਾਂਸੀ ਰੁਕੀ ਉਹ ਉਹਨਾਂ ਨੇ ਸ਼ਬਦੀ ਇੱਕ ਨਹੀਂ ਬੋਲਿਆ ਮੈਂ ਇਸ ਗੱਲ ਤੋਂ ਵੀ ਸੰਕੋਚ ਨਹੀਂ ਕਰਾਂਗਾ ਬਈ ਬਿਆਲ ਸਿੰਘ ਦਾ ਪਰਿਵਾਰ ਵੀ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਮਦਰਦੀ ਦਿਖਾ ਰਿਹਾ ਸੀ ਪਰ ਜਿਹੜਾ ਉਹਨੇ ਇੱਕ ਪਾਰਟੀ ਦੇ ਹੱਕ 'ਚ ਬੋਲ ਕੇ ਖਲਾਰਾ ਪਾਇਆ ਬਈ ਜਿਸ ਪਾਰਟੀ ਦੇ ਰਾਜ ਭਾਈ ਜਸਪਾਲ ਸਿੰਘ ਚ ਚੋੜਸੇ ਦਵਾਂਦੀ ਸ਼ੀਧੀ ਹੋਈ ਤੇ ਬੇਵਲ ਕਲਾਂ ਕਾਂਚ ਗੋਲੀकांड ਹੋਇਆ ਗੁਰੂ ਗ੍ਰੰਥ ਸਾਹਿਬ ਜੀਆਂ ਬੇਅਦਦੀਆਂ ਹੋਈਆਂ ਉਹਨਾਂ ਦਾ ਇਨਸਾਫ਼ ਮੰਗਦੇ ਹੋਏ 7 ਮਈ ਧਰਨੇ ਤੇ ਬੈਠੇ ਸਿੰਘਾਂ ਦੇ ਗੋਲੀਆਂ ਚਲਾਈਆਂ ਗਈਆਂ ਉੱਥੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਦੋ ਸਿੰਘ ਸ਼ਹੀਦ ਹੋਏ ਅਨੇਕਾਂ ਹੀ ਫਟੜ ਹੋਏ ਉਸ ਉਸ ਅਕਾਲੀ ਨੇ ਉਸ ਚ ਉਹਦਾ ਪਖਪੂਰ ਰਿਆ ਉਹਨਾਂ ਦੇ ਨਮਾਇੰਦਿਆਂ ਨੇ ਜੋ ਆ ਕੇ ਉੱਥੇ ਡਰਾਮਾ ਬਾਜੀ ਕਰਕੇ ਉਸ ਤੋਏ ਸ਼ਬਦ ਕਹਾਏ ਗਏ ਇਹ ਵੀ ਸਾਡੇ ਸਿੱਖ ਸਿਧਾਂਤਾਂ ਨੂੰ ਸੱਟਾਂ ਮਾਰੀਆਂ ਇਹਨਾਂ ਨੇ ਬਾਦਲ ਪਰਿਵਾਰ ਦਾ ਅਕਾਲੀ ਦਲ ਦਾ ਕਬਜ਼ਾ ਜਿਸ ਦੇ ਵਿੱਚ 328 ਰੂਪ ਲਾਪਤਾ ਹੋਏ ਅੱਜ ਤੱਕ ਨਹੀਂ ਕੋਈ ਇਨਸਾਨ ਮਿਲਿਆ ਨਾ ਉਹਨਾਂ ਬਾਰੇ ਦੱਸਿਆ ਜਾ ਰਿਹਾ ਕੀ ਅਸੀਂ ਇਹਨਾਂ ਨੂੰ ਅਕਾਲੀ ਮੰਨਦੇ ਹਾਂ ਮੈਂ ਕਹਿੰਦਾ ਇਹ ਸ਼ਰਮ ਵਾਲੀ ਗੱਲ ਹੈ ਜੇ ਇਹਨਾਂ ਨੂੰ ਅਸੀਂ ਅਕਾਲੀ ਦਲ ਦਾ ਰੁਤਬਾ ਦੇਣੇ ਇਹ ਵੀ ਹੋ ਸਕਦਾ ਬਾਪੂ ਜੀ ਜਿਹੜੇ ਸਰਦਾਰ ਨੇ ਸਾਡੇ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਨੇ ਉਹ ਕਹਿਿਆ ਜਾ ਰਿਹਾ ਹੈ ਕਿ ਹੁਣ ਟੋਪੀਆਂ ਵਾਲਿਆਂ ਦੇ ਮਗਰ ਲਾਗੇ ਉਹਨਾਂ ਨੂੰ ਮੋੜਨ ਦੇ ਲਈ ਵੀ ਹੋ ਸਕਦਾ ਇਹ ਬਿਆਨ ਕਿਉਂ ਪਹਿਲੇ ਦਿਨ ਤੋਂ ਇਸ ਪਰਿਵਾਰ ਦੀ ਇਹ ਬਕਾਲਤ ਕਰ ਰਿਹਾ ਇਹ ਨੂੰ ਬੰਦੀ ਸਿੰਘਾਂ ਦੇ ਉਸ ਨਾਲ ਨਾਲ ਜੋੜਿਆ ਜਾਵੇ ਕਿਉਂ ਇਹ ਉਹਦਾ ਨਿੱਜੀ ਵਿਚਾਰ ਹੈ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਤੁਸੀਂ ਧਰਮ ਦੇ ਪਿਤਾ ਵੀ ਕਹੀ ਜਾਂਦੇ ਹੋ ਹਰ ਇੱਕ ਮੈਸੇਜ ਆ ਜਿਹੜਾ ਤੁਹਾਡੇ ਕੋਲ ਪਹੁੰਚਦਾ ਹੈ ਅੱਗੇ ਸੰਗਤਾਂ ਨੂੰ ਮੈਸੇਜ ਲਾਇਆ ਜਾਂਦਾ ਹੈ ਉਹਨਾਂ ਵੱਲੋਂ ਕੋਈ ਮੈਸੇਜ ਆਇਆ ਜੀ ਹੁਣ ਸੰਗਤਾਂ ਵਾਸਤੇ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਹ ਸਪੀਚ ਦਿੱਤੀ ਆ ਉਸ ਤੋਂ ਬਾਅਦ ਕੋਈ ਉਹਨਾਂ ਵੱਲੋਂ ਸੁਨੇਹਾ ਆਇਆ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਗੱਲ ਕਰਾਂਗੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜੋ ਕਿ ਬੀਤੇ ਦਿਨੀ ਆਪਣੇ ਪਿਤਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਦੇ ਨੇ ਜਿੱਥੇ ਉਹ ਅਕਾਲੀ ਦਲ ਦੇ ਸਮਰਥਨ ਦੇ ਵਿੱਚ ਅਕਾਲੀ ਦਲ ਨੂੰ ਸਪੋਰਟ ਕਰਨ ਦੇ ਲਈ ਇੱਕ ਬਿਆਨ ਦਿੰਦੇ ਨੇ ਕਿ ਮੇਰਾ ਤਨ ਅਕਾਲੀ ਮੇਰਾ ਮਨ ਅਕਾਲੀ ਮੈਂ ਚਾਹੁੰਨਾ ਸਰਕਾਰ ਅਕਾਲੀ ਇਦਾਂ ਦਾ ਜਿਹੜਾ ਬਿਆਨ ਆ ਉਹ ਦਿੱਤਾ ਜਾਂਦਾ ਇਸ ਸੰਬੰਧ ਵਿੱਚ ਗੱਲ ਕਰਨ ਦੇ ਲਈ ਸਾਡੇ ਨਾਲ ਬਾਪੂ ਗੁਰਚਰਨ ਸਿੰਘ ਜੀ ਨੇ ਉਹਨਾਂ ਨਾਲ ਕਰਦਿਆਂ ਗੱਲ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਲਵੰਤ ਸਿੰਘ ਰਾਜੋਆਣਾ ਬੀਤੇ ਦਿਨੀ ਆਪਣੇ ਪਿਤਾ ਜੀ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਦੇ ਨੇ ਉੱਥੇ ਅਕਾਲੀ ਦਲ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਸਪੋਰਟ ਕਰਨ ਦੇ ਲਈ ਸਿੱਖ ਸੰਗਤਾਂ ਨੂੰ ਕਿਹਾ ਜਾਂਦਾ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਦੇਖੋ ਜਿਹੜੀ ਬਲਵੰਤ ਸਿੰਘ ਰਾਜੋਆਣਾ ਵੀ ਕੌਮ ਦਾ ਹੀਰਾ ਜੀ ਉਹ ਆਇਆ ਭੋਗ ਤੇ ਸੰਗਤਾਂ ਤੇ ਮਨ 'ਚ ਬੜਾ ਪਿਆਰ ਸੀ ਉਹਨਾਂ ਪ੍ਰਤੀ ਹੂੰ ਕਿਉਂਕਿ ਬਹੁਤ ਦੇਰ ਬਾਅਦ ਉਹਨਾਂ ਨੂੰ ਪਹਿਲੀ ਵਾਰ ਹੀ ਘੰਟੇ ਦੀ ਪਰੋਲ ਤੇ ਉਹ ਆਪਣੇ ਪਿਤਾ ਜੀ ਦੀ ਅੰਤਮ ਅਰਦਾਸ ਤੇ ਪਹੁੰਚੇ ਹਨ ਜੀ ਪਰ ਜਿਹੜਾ ਉਹਨਾਂ ਨੇ ਆ ਕੇ ਉੱਥੇ ਗੱਲ ਕਰੀ ਹੈ ਨਾ ਉਹਦੇ ਬਾਰੇ ਸੰਗਤਾਂ ਬਾਰ-ਬਾਰ ਪੁੱਛ ਰਹੀਆਂ ਜੀ ਵੀ ਤੁਹਾਡੇ ਕੀ ਵਿਚਾਰ ਹੈ ਮੇਰੇ ਆਪਣੇ ਨਿੱਜੀ ਵਿਚਾਰ ਹੈ ਚਲੋ ਜਿਸ ਤਰ੍ਹਾਂ ਉਹਨਾਂ ਨੇ ਗੱਲ ਕਰੀ ਹੈ ਮੈਂ ਸਭ ਤੋਂ ਪਹਿਲਾਂ ਇਹ ਕਰਨਾ ਚਾਹਾਂ ਵੀ ਉਹ ਗੱਲਾਂ ਉਹਨੂੰ ਕਰਨੀਆਂ ਨਹੀਂ ਚਾਹੀਦੀਆਂ ਸੀ ਉਹਨਾਂ ਦਾ ਆ ਕੇ ਫਰਜ ਬਣਦਾ ਸੀ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਪ੍ਰਤੀ ਲੋਕਾਂ ਨੇ ਗੱਲ ਕਰਨੀ ਸੀ ਉਹਦਾ ਜਵਾਬ ਦੰਦੇ ਦੂਜਾ ਸੰਗਤਾਂ ਦਾ ਉਹ ਧੰਨਵਾਦ ਕਰਦੇ ਜਦੋਂ ਉਹਨਾਂ ਦੀ ਫਾਂਸੀ ਰੁਕੀ ਹੈ ਕਿਉਂਕਿ ਉਸ ਟਾਈਮ ਸੰਗਤਾਂ ਸੜਕਾਂ ਤੇ ਆਈਆਂ ਕੇਸਰੀ ਲਹਿਰ ਚੱਲੀ ਉਹਨਾਂ ਦੀ ਫਾਂਸੀ ਰੁਕੀ ਉਹ ਉਹਨਾਂ ਨੇ ਸ਼ਬਦੀ ਇੱਕ ਨਹੀਂ ਬੋਲਿਆ ਜੀ ਦੂਜਾ ਭਾਈ ਜਸਪਾਲ ਸਿੰਘ ਚੌੜ ਸਿੱਧਮ ਜੀ ਜਿਹੜਾ 24 ਸਾਲ ਦਾ ਇਕਲੌਤਾ ਪੁੱਤਰ ਸੀ ਆਪਣੇ ਘਰ 'ਚ ਜਦੋਂ ਉਹਨਾਂ ਦੀ ਫਾਂਸੀ ਨੂੰ ਰੁਕਾਉਣ ਵਾਸਤੇ ਸੰਗਤਾਂ ਸੜਕਾਂ ਤੇ ਆਈਆਂ ਉਹ ਸ਼ਾਂਤਮਈ ਵਿਰੋਧ ਕਰ ਰਹੇ ਸੀ ਮੁਜਾਹਰਾ ਕਰ ਰਹੇ ਸੀ ਪਰ ਉਸ ਟਾਈਮ ਜਿਹੜੀ ਪੰਥਕ ਸਰਕਾਰ ਸੀ ਜਿਸ ਅਕਾਲੀ ਸਰਕਾਰ ਦੇ ਹੱਕ ਚ ਜਿਸ ਅਕਾਲੀ ਪਰਿਵਾਰ ਦੇ ਹੱਕ ਚੋ ਬੋਲ ਕੇ ਗਿਆ ਇਹਨਾਂ ਦੀ ਸਰਕਾਰ ਸੀ ਇਹਨਾਂ ਦੀ ਪੁਲਿਸ ਨੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰਤਾ ਅੱਜ ਤੱਕ ਇੱਕ ਸ਼ਬਦ ਨਹੀਂ ਉਹਨਾਂ ਦੇ ਉਹ ਪ੍ਰਥਾਏ ਬੋਲਿਆ ਇਸ ਕਰਕੇ ਮੈਂ ਕਲੀਅਰ ਕਰਦਾ ਹਾਂ ਵੀ ਸੰਗਤਾਂ ਬਾਰ-ਬਾਰ ਪੁੱਛ ਰਹੀਆਂ ਦੇਖੋ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਹੈ ਇਹਦੇ ਪ੍ਰਤੀ ਆਪਣੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸੰਗਤਾਂ ਬਹੁਤ ਸਹਿਯੋਗ ਦੇ ਰਹੀਆਂ ਕਿਸੇ ਵੀ ਭਾਵੇਂ ਮੈਂ ਕਹਾ ਵੀ ਚੰਗੀ ਸੋਚ ਵਾਲੇ ਅਕਾਲੀ ਵੀ ਕਾਂਗਰਸੀ ਵੀ ਹੋਰ ਪਾਰਟੀਆਂ ਵੀ ਜਿਹੜੇ ਚੰਗੀ ਸੋਚ ਵਾਲੇ ਸੀ ਇਨਸਾਨੀਅਤ ਦੇ ਤੌਰ ਤੇ ਮਨੁੱਖੀ ਅਧਿਕਾਰਾਂ ਨੂੰ ਸਮਝਦੇ ਹੋਏ ਉਹ ਇਸ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਸੀ ਮੈਂ ਇਸ ਗੱਲ ਤੋਂ ਵੀ ਸੰਕੋਚ ਨਹੀਂ ਕਰਾਂਗਾ ਬਈ ਬਿਆਨ ਸਿੰਘ ਦਾ ਪਰਿਵਾਰ ਵੀ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਮਦਰਦੀ ਦਿਖਾ ਰਿਆ ਸੀ ਪਰ ਜਿਹੜਾ ਉਹਨੇ ਇੱਕ ਪਾਰਟੀ ਦੇ ਹੱਕ ਚ ਬੋਲ ਕੇ ਖਲਾਰਾ ਪਾਇਆ ਤੇ ਜੋ ਉਸ ਪਾਰਟੀ ਦੇ ਮੈਂ ਕਲੀਅਰ ਕਰਦਿਆਂ ਵੀ ਜਿਸ ਪਾਰਟੀ ਦੇ ਰਾਜ ਭਾਈ ਜਸਪਾਲ ਸਿੰਘ ਚੋੜ ਸਿਧਵਾਂ ਦੀ ਸ਼ੀਦੀ ਹੋਈ ਬੇਵਲ ਕਲਾਂ ਕਾਂਡ ਚ ਗੋਲੀ ਕਾਂਡ ਹੋਇਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਦੀਆਂ ਹੋਈਆਂ ਉਹਨਾਂ ਦਾ ਇਨਸਾਫ ਮੰਗਦੇ ਹੋਏ ਸ਼ਾਂਤਮਈ ਧਰਨੇ ਤੇ ਬੈਠੇ ਸਿੰਘਾਂ ਦੇ ਗੋਲੀਆਂ ਚਲਾਈਆਂ ਗਈਆਂ ਉੱਥੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਦੋਵੇਂ ਸੀਜ਼ ਹੋਏ ਅਨੇਕਾਂ ਹੀ ਫਟੜ ਹੋਏ ਉਸ ਉਸ ਅਕਾਲੀ ਨੇ ਉਸ ਉਹਦਾ ਪੱਖਪੂਰ ਰਿਆ ਇਹ ਵੀ ਬਹੁਤ ਉਸ ਵਾਲੀ ਗੱਲ ਹੈ ਪਰ ਇਸ ਤੋਂ ਬਾਅਦ ਵੀ ਦੇਖੋ ਜਿਸ ਤਰ੍ਹਾਂ ਪੰਥਕ ਸੰਤਾਵਾਂ ਨੂੰ ਵਰਤਿਆ ਗਿਆ ਭਾਵੇਂ ਸ਼੍ਰੋਮਣੀ ਕਮੇਟੀ ਹੈ ਆਨੇ ਅਕਾਲ ਤਖਤ ਹੈ ਇਸ ਸਿੱਖਾਂ ਦੀ ਸਰਮੋਰ ਜਥੇਬੰਦੀਆਂ ਸਾਡੇ ਵਾਸਤੇ ਇਸ ਤੋਂ ਉੱਪਰ ਕੋਈ ਗੱਲ ਨਹੀਂ ਪਰ ਉਹਨਾਂ ਦੇ ਨਮਾਇੰਦਿਆਂ ਨੇ ਜੋ ਆ ਕੇ ਉੱਥੇ ਡਰਾਮਾ ਬਾਜੀ ਕਰਕੇ ਉਸ ਤੋਂ ਇਹ ਸ਼ਬਦ ਕਹਾਏ ਗਏ ਇਹ ਵੀ ਸਾਡੇ ਸਿੱਖ ਸਿਧਾਂਤਾਂ ਨੂੰ ਸੱਟਾਂ ਮਾਰੀਆਂ ਇਹਨਾਂ ਨੇ ਜਿਹੜੇ ਰਾਜਵਾਨਾਂ ਦੀ ਸੋਚ ਦੇ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਹੈਗੇ ਨੇ ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਨਿਮਾੜਾ ਹੋ ਸਕਦਾ ਇਨਸਾਨ ਮਾੜੇ ਹੋ ਸਕਦੇ ਨੇ ਜਿਹੜੇ ਪੂਰੇ ਪ੍ਰਬੰਧ ਕਰ ਰਹੇ ਨੇ ਮੂਰੇ ਲੱਗੇ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਹਿਣਾ ਜ਼ਰੂਰੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਦਿਨ ਦਾ ਬਾਦਲ ਪਰਿਵਾਰ ਦਾ ਉਸ ਤੇ ਕਬਜ਼ਾ ਹੋਇਆ ਸ਼੍ਰੋਮਣੀ ਅਕਾਲੀ ਸ਼ਬਦ ਹੈ ਜਿਹੜਾ ਉਹਨਾਂ ਨੇ ਕਲੰਕਿਤ ਕਰਕੇ ਰੱਖ ਦਿੱਤਾ ਕਿਉਂਕਿ ਉਹ ਕੰਮ ਇਹਨਾਂ ਦੇ ਰਾਜ ਚ ਇਹਨਾਂ ਦੇ ਪ੍ਰਬੰਧ ਚ ਭਾਵੇਂ ਗੱਲ ਕਰਾਂ ਮੈਂ ਸ਼੍ਰੋਮਣੀ ਕਮੇਟੀ ਦੀ ਸ਼੍ਰੋਮਣੀ ਕਮੇਟੀ ਤੇ ਵੀ ਅੱਜ ਉਸ ਬਾਦਲ ਪਰਿਵਾਰ ਦਾ ਅਕਾਲੀ ਦਲ ਦਾ ਕਬਜ਼ਾ ਜਿਸ ਦੇ ਵਿੱਚ 328 ਰੂਪ ਲਾਪਤਾ ਹੋਏ ਅੱਜ ਤੱਕ ਨਹੀਂ ਕੋਈ ਇਨਸਾਨ ਮਿਲਿਆ ਨਾ ਉਹਨਾਂ ਬਾਰੇ ਦੱਸਿਆ ਜਾ ਰਿਹਾ ਕੀ ਅਸੀਂ ਇਹਨਾਂ ਨੂੰ ਅਕਾਲੀ ਮੰਨਦੇ ਹਾਂ ਮੈਂ ਕਹਿੰਦਾ ਇਹ ਸ਼ਰਮ ਵਾਲੀ ਗੱਲ ਹੈ ਜੇ ਇਹਨਾਂ ਨੂੰ ਅਸੀਂ ਅਕਾਲੀ ਦਲ ਦਾ ਰੁਤਬਾ ਦਿੰਨੇ ਹਾਂ ਮੈਂ ਉਹੀ ਗੱਲ ਕਰਦਾ ਵੀ ਜਿਸ ਇੱਕ ਪਰਿਵਾਰ ਦੇ ਹੱਕ ਚ ਭੁਗਤ ਕੇ ਗਿਆ ਉਹ ਅੱਜ ਇਲੈਕਸ਼ਨਾਂ ਦਾ ਟਾਈਮ ਹੈ ਪਰ ਸਾਨੂੰ ਅੱਜ ਲੋੜ ਹੈ ਵੀ ਸਾਰੇ ਬਿਨਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਜੋ ਪ੍ਰੋਗਰਾਮ ਚੱਲਿਆ ਵਾ ਜੋ ਵੀ ਮਾਰਚ ਹੋ ਰਹੇ ਆ ਉਹਨਾਂ ਚ ਸਾਥ ਦਿਆ ਮੈਂ ਉਹਨਾਂ ਦਾ ਧੰਨਵਾਦ ਕਰਨਾ ਹੋ ਸਕਦਾ ਬਾਪੂ ਜੀ ਜਿਹੜੇ ਸਰਦਾਰ ਨੇ ਸਾਡੇ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਨੇ ਉਹ ਕਹਿਿਆ ਜਾ ਰਿਹਾ ਹੈ ਕਿ ਹੁਣ ਟੋਪੀਆਂ ਵਾਲਿਆਂ ਦੇ ਮਗਰ ਲਾਗੇ ਉਹਨਾਂ ਨੂੰ ਮੋੜਨ ਦੇ ਲਈ ਵੀ ਹੋ ਸਕਦਾ ਇਹ ਬਿਆਨ ਦੇਖੋ ਇਸ ਸਬੰਧ ਚ ਮੈਂ ਮਤਲਬ ਟੋਪੀ ਵਾਲੇ ਦਾ ਦੂਜਾ ਉਹ ਨਹੀਂ ਕਰਦਾ ਪਰ ਜਿਹੜਾ ਟੋਪੀ ਵਾਲਿਆਂ ਦਾ ਨਾ ਆਮ ਆਦਮੀ ਪਾਰਟੀ ਨਾਲ ਟੋਪੀ ਸ਼ਬਦ ਜੁੜਦਾ ਵੀ ਅੱਜ ਉਹ ਵੀ ਸਾਡੇ ਸਿੱਖ ਵਿਰੋਧੀ ਚਿਹਰੇ ਸਾਹਮਣੇ ਆ ਰਹੇ ਹਨ ਜਿਸ ਤਰ੍ਹਾਂ ਹੁਣ ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਹੈ ਪੰਜਾਬ ਚ ਉਹ ਕੇਜਰੀਵਾਲੀ ਸਰਕਾਰ ਦੇ ਅਧਿਕਾਰ ਖੇਤਰ ਥੱਲੇ ਆ ਉਹ ਨਹੀਂ ਕਰ ਰਹੀ 2015 ਚ ਦਿੱਲੀ ਚ ਜਿੰਨੇ ਵੀ ਉਹਨਾਂ ਦੇ ਕੇਸ ਸੀ ਖਤਮ ਹੋ ਚੁੱਕੇ ਪਰ ਉਸ ਤੋਂ ਬਾਅਦ ਕਈ ਵਾਰੀ ਕੇਜਰੀਵਾਲ ਨੂੰ ਮੈਂ ਖੁਦ ਮਿਲ ਚੁੱਕਿਆ ਦੋ ਵਾਰੀ ਹਾਈ ਕੋਰਟ ਤੋਂ ਆਰਡਰ ਹੋ ਚੁੱਕੇ ਹੈ ਵੀ ਉਹਨਾਂ ਨੂੰ ਜਿੱਥੇ ਉਹਨਾਂ ਦੇ ਕੇਸ ਹੈ ਉਸ ਪੰਜਾਬ ਚ ਤਬਦੀਲ ਕੀਤਾ ਜਾਵੇ ਪਰ ਉਸ ਵਾਸਤੇ ਆਪ ਮਿਲਿਓ ਜੀ ਕੇਜਰੀਵਾਲ ਭੁੱਲ ਜੀ ਮੈਂ ਦੋ ਵਾਰ ਹੀ ਆਪ ਮਿਲਿਆ ਕੇਜਰੀਵਾਲ ਨੂੰ ਇੱਕ ਇੱਕ ਘੰਟਾ ਗੱਲਬਾਤ ਹੋਈ ਐ ਸੀ ਡੈਪੂਟੇਸ਼ਨ ਲੈ ਕੇ ਮਿਲੇ ਆ ਫਿਰ ਭਾਈ ਪ੍ਰੋਫੈਸਰ ਦਮਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਹੈ ਜਿਹੜੀ ਉਹ ਰਾਸ਼ਟਰਪਤੀ ਨੇ ਤਾਂ ਕਰਤੀ ਉਹ ਹੁਣ ਪਈ ਹੈ ਰਾਜ ਸਰਕਾਰ ਦੇ ਉਸਤੇ ਦਿੱਲੀ ਚ ਸਰਕਾਰ ਹੈ ਕੇਜਰੀਵਾਲ ਦੀ ਪਰ ਉਹ 3 ਸਾਲ ਤੋਂ ਕਿਉਂ ਨਹੀਂ ਕਰ ਰਹੀ ਪਰ ਉਹ ਤਾਂ ਕਹਿੰਦੇ ਸਾਡੇ ਅਧਿਕਾਰ ਚ ਨਹੀਂ ਇਹ ਐਲਜੀ ਦੇ ਅੰਡਰ ਆਉਂਦੀ ਆ ਪੁਲਿਸ ਪ੍ਰਸ਼ਾਸਨ ਤੇ ਜੇਲ੍ਹ ਪ੍ਰਸ਼ਾਸਨ ਸਾਡੇ ਅੰਡਰ ਹੀ ਨਹੀਂ ਆਉਂਦਾ ਸੈਂਟਰ ਦੀ ਸਰਕਾਰ ਦੇ ਅਧੀਨ ਨਹੀਂ ਬਿਲਕੁਲ ਦੇਖੋ ਉਹਨਾਂ ਦੀ ਸਿੱਖ ਵਿਰੋਧੀ ਨੀਤੀ ਹੈ ਇੱਕ ਟਾਲਣ ਵਾਲੀ ਗੱਲ ਹੈ ਮੈਂ ਪਿੱਛੇ ਕਰਾਂ ਜਿਹੇਦਾਰ ਜਗਤਾਰ ਸਿੰਘ ਹਮਾਰਾ ਜੇਲ੍ਹ ਚ ਬਿਮਾਰ ਹੋ ਗਏ ਸੀ ਉਹਨਾਂ ਨੂੰ ਬਾਹਰ ਹਸਪਤਾਲ ਚ ਭਰਤੀ ਕੀਤਾ ਗਿਆ ਜਿੱਥੇ ਕਿ ਇਹਨਾਂ ਦੇ ਪ੍ਰਬੰਧ ਹੇਠ ਹੈ ਸਤਿੰਦਰ ਜੈਨ ਜਿਹੜਾ ਹੈਲਥ ਮੰਤਰੀ ਵੀ ਆ ਉਹਨਾਂ ਦਾ ਉਹ ਉਹਦੇ ਅੰਡਰ ਹੈ ਪਰ ਉਸ ਹਸਪਤਾਲ ਤੇ ਨਾ ਉਹਨਾਂ ਦਾ ਇਲਾਜ ਹੋਇਆ ਨਾ ਕਿਸੇ ਨੂੰ ਉੱਥੇ ਮਿਲਣ ਦਿੱਤਾ ਇਹਨਾਂ ਦੀ ਤਾਂ ਸੋਚ ਹੀ ਅਲੱਗ ਹੈ ਜਿਹੜਾ ਹੈ ਸਾਰਾ ਇਹਨਾਂ ਦੇ ਅੰਦਰ ਇਹ ਇਹ ਆਪਣੇ ਫਰਜ਼ ਨਿਭਾਉਣ ਸੰਗਤ ਆਪੇ ਉਹਨਾਂ ਤੋਂ ਮੰਗਣ ਗਿਆ ਵੀ ਕਿਹਦੇ ਹੱਲ ਜਿਹਦੇ ਉਹ ਕਿਸ ਦੇ ਅਧਿਕਾਰ ਖੇਤਰ ਥੱਲੇ ਹੈ ਪਰ ਜਿਹੜਾ ਇਹ ਸਿੱਖ ਵਿਰੋਧੀ ਚਿਹਰਾ ਇਹਨਾਂ ਦਾ ਸਾਹਮਣੇ ਆ ਰਿਹਾ ਹੈ ਬਲਵੰਤ ਸਿੰਘ ਰਾਜੋ ਉਹਨਾਂ ਦੀ ਕੀ ਲੱਗ ਰਿਹਾ ਕੀ ਮਜਬੂਰੀ ਹੋ ਸਕਦੀ ਹੈ ਇਦਾਂ ਦਾ ਬਿਆਨ ਦੇ ਕੇ ਗਏ ਨੇ ਕਿ ਜ਼ਬਰਦਸਤੀ ਕੋਈ ਵੀ 안 ਦਬਾਇਆ ਗਿਆ ਜਾਂ ਕੋਈ ਮਜਬੂਰੀ ਹੈ ਦੇਖੋ ਜੀ ਉਹਨੂੰ ਮਜਬੂਰੀ ਬਾਰੇ ਉਹਨੂੰ ਪਤਾ ਹੋ ਸਕਦਾ ਕਿਉਂ ਪਹਿਲੇ ਦਿਨ ਤੋਂ ਇਸ ਪਰਿਵਾਰ ਦੀ ਬਕਾਲਤ ਕਰ ਰਿਹਾ ਇਹਨੂੰ ਬੰਦੀ ਸਿੰਘਾਂ ਦੇ ਉਸ ਨਾਲ ਨਾਲ ਜੋੜਿਆ ਜਾਵੇ ਕਿਉਂ ਇਹ ਉਹਦਾ ਨਿੱਜੀ ਵਿਚਾਰ ਹੈ ਇਹ ਕਲੀਅਰ ਕਰਦੀ ਏ ਵੀ ਬੰਦੀ ਸਿੰਘਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ ਕਿਉਂ ਜਿਹੜੀ ਸੰਗਤਾਂ ਉਹਨਾਂ ਦੇ ਪੱਖ ਜੇ ਉਹਨਾਂ ਦੇ ਹਮਦਰਦੀ ਪ੍ਰਤੀ ਹਾ ਦਾ ਨਾਰਾ ਮਾਰ ਰਹੀਆਂ ਸੀ ਉਹਨਾਂ ਸੰਗਤਾਂ ਨੂੰ ਵੀ ਠੇਸ ਪਹੁੰਚੀ ਹੈ ਇਸ ਕਰਕੇ ਜਿਹੜੇ ਵਿਚਾਰ ਰਹੇ ਉਹਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਆ ਆਉਣ ਵਾਲੇ ਫਤਿਹਗੜ੍ਹ ਸਾਹਿਬ ਤੋਂ ਇੱਕ ਵੱਡਾ ਮਾਰਚ ਹੈ ਜਿਹੜਾ ਰਾਜਪਾਲ ਨੂੰ ਮੰਗ ਪੱਤਰ ਦੇਣ ਦੇ ਲਈ ਚੰਡੀਗੜ੍ਹ ਲਈ ਕੱਢਿਆ ਜਾਂਦਾ ਏ ਉਸ ਸੰਬੰਧ ਵਿੱਚ ਕੋਈ ਗੱਲ ਨਹੀਂ ਕੀਤੀ ਜਾਂਦੀ ਅਕਾਲੀ ਦਲ ਦੇ ਸਪੋਰਟ ਚ ਕਿਹਾ ਜਾ ਰਿਹਾ ਹੈ ਕਿ ਵੋਟ ਪਾਈ ਜਾਵੇ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਅਕਾਲੀ ਦਲ ਨੂੰ ਸਮਰਥਨ ਕੀਤਾ ਜਾਵੇ ਕੀ ਲੱਗ ਰਿਹਾ ਏ ਇਦਾਂ ਦਾ ਬਿਆਨ ਦੇਣਾ ਕਿੰਨਾ ਕ ਜਾਇਜ ਆ ਕੀ ਲੱਗ ਰਿਹਾ ਤੁਹਾਨੂੰ ਨਹੀਂ ਦੇਖੋ ਗਲਤ ਹੈ ਉਹਦਾ ਫਰਜ ਬਣਦਾ ਸੀ ਵੀ ਉਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਕੱਢਿਆ ਜਿੱਦਾਂ ਚ ਉਹਨਾਂ ਦਾ ਨਾਮ ਵੀ ਸ਼ਾਮਲ ਹੈ ਅਸੀਂ ਉਹਨਾਂ ਵਾਸਤੇ ਵੀ ਪੁਰਜ਼ੋਰ ਆਵਾਜ਼ ਉਠਾਈ ਹੈ ਗਵਰਨਰ ਨੂੰ ਮੈਂਡਮੈਂਡ ਕੀਤਾ ਉਹ ਮੈਂਮੋਰੈਂਡਮ ਚ ਉਹਨਾਂ ਦਾ ਨਾਮ ਹੈ ਪਰ ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਉਸ ਤੇ ਬੋਲਿਆ ਵੀ ਜਿਹੜਾ ਉਹ ਮਾਰਚ ਕੱਢਿਆ ਗਿਆ ਜਿਨ੍ਹਾਂ ਨੇ ਸੰਗਤਾ ਨੇ ਉਸ ਚ ਸਮੂਲੀਅਤ ਕੀਤੀ ਉਹਨਾਂ ਦਾ ਧੰਨਵਾਦ ਹੀ ਕਰ ਦਿੰਦਾ ਪਰ ਹੁਣ ਲਾਲਚ ਸੀਗਾ ਬਾਪੂ ਜੀ ਇਦਾਂ ਦਾ ਬਿਆਨ ਦੇਣਾ ਕੀ ਲੱਗ ਰਿਹਾ ਤੁਸੀਂ ਕੀ ਕਹਿ ਸਕਦੇ ਦੇਖੋ ਜੀ ਹੁਣ ਸੰਗਤਾ ਆਪ ਸੁਚੇਤ ਇਸ ਚੀਜ਼ ਦਾ ਉਹ ਕਰ ਰਹੀਆਂ ਵੀ ਨਿਰੀਖਣ ਕਰ ਰਹੀਆਂ ਵੀ ਉਹਨੇ ਕੀ ਮਜਬੂਰੀ ਸੀ ਕੀ ਲਾਲਚ ਹੈ ਇਹ ਸਿਰਫ ਉਹਨੇ ਲਾਲਚਪਤੀ ਆ ਉਸ ਪਰਿਵਾਰ ਦੇ ਪ੍ਰਭਾਵ ਹੇਠਾਂ ਕਈ ਸਾਰੀ ਗੱਲ ਕਰੀ ਹੈ ਰਬਨੀਤ ਬਿੱਟੂ ਕਹਿ ਰਹੇ ਨੇ ਕਿ ਇੱਕ ਘੰਟੇ ਵਾਸਤੇ ਆਇਆ ਇੱਥੇ ਵੀ ਚੰਗਿਆੜੀ ਲਾ ਗਿਆ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਾਰਾ ਖਰਚਾ ਕਰ ਰਹੀ ਆ ਉਹ ਤਾਂ ਇਦਾਂ ਦੇ ਬਿਆਨ ਦੱਤੇ ਨੇ ਦੇਖੋ ਇਹ ਸਾਰਾ ਕਿਰਾਇਆ ਹੀ ਸ਼੍ਰੋਮਣੀ ਕਮੇਟੀ ਨੇ ਪੈਸਾ ਗੁਰੂ ਘਰ ਦਾ ਵਰਤਿਆ ਜਾ ਰਿਹਾ ਸਿਆਸਤ ਵਾਸਤੇ ਉੱਤੇ ਅਟਾਲ ਤੱਕ ਦੇ ਜਿਹੜੇ ਬੈਸੇ ਅਸੀਂ ਤਾਂ ਮੰਨਦੇ ਨਹੀਂ ਉਹਨਾਂ ਨੂੰ ਮੌਜੂਦਾ ਜਸਧਾਰੇ ਜਾਂ ਸਾਬਕਾ ਜਸਧਾਰੇ ਉਹ ਸਾਰੇ ਪਹੁੰਚੇ ਐ ਸ਼੍ਰੋਮਣੀ ਕਮੇਟੀ ਮੈਂਬਰ ਪਹੁੰਚੇ ਐ ਪ੍ਰਧਾਨ ਪਹੁੰਚਿਆ ਸਾਰਾ ਪ੍ਰਬੰਧ ਇਹ ਜਿਹੜਾ ਉਹਨਾਂ ਤੋਂ ਇਹ ਸ਼ਬਦ ਕਹੋਣ ਵਾਸਤੇ ਸਾਰਾ ਉੱਥੇ ਜ਼ੋਰ ਲਾਇਆ ਗਿਆ ਜਿਹੜਾ ਕਿ ਸਾਡੀ ਧਾਰਮਿਕ ਸੰਸਥਾਵਾਂ ਨੂੰ ਗਲਤ ਵਰਤੇ ਗਿਆ ਮੈਂ ਕਹਿੰਦਾ ਸਾਡੇ ਸਿਧਾਂਤ ਨੂੰ ਸੱਟ ਮਾਰੀ ਆ ਉਹਨਾਂ ਨੇ ਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਤੁਸੀਂ ਧਰਮ ਦੇ ਪਿਤਾ ਵੀ ਕਹੀ ਜਾਂਦੇ ਹੋ ਹਰ ਇੱਕ ਮੈਸੇਜ ਆ ਜਿਹੜਾ ਤੁਹਾਡੇ ਕੋਲ ਪਹੁੰਚਦਾ ਹੈ ਅੱਗੇ ਸੰਗਤਾਂ ਨੂੰ ਮੈਸੇਜ ਲਾਇਆ ਜਾਂਦਾ ਹੈ ਉਹਨਾਂ ਵੱਲੋਂ ਕੋਈ ਮੈਸੇਜ ਆਇਆ ਜੀ ਹੁਣ ਸੰਗਤਾਂ ਵਾਸਤੇ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਹ ਸਪੀਚ ਦਿੱਤੀ ਆ ਉਸ ਤੋਂ ਬਾਅਦ ਕੋਈ ਉਹਨਾਂ ਵੱਲੋਂ ਸੁਨੇਹਾ ਆਇਆ ਹੋਵੇ ਦੇਖੋ ਉਹਨਾਂ ਵੱਲੋਂ ਕੋਈ ਸੁਨੇਹਾ ਇਸ ਤੋਂ ਬਾਅਦ ਜਦੋਂ ਦੇ ਉਹ ਆਪਣੇ ਪਿਤਾ ਜੀ ਦੇ ਭੋਗ ਤੇ ਆਏ ਆ ਕੋਈ ਸੁਨੇਹਾ ਨਹੀਂ ਆਇਆ ਪਰ ਜਦੋਂ ਵੀ ਉਹਨਾਂ ਦਾ ਸੁਨੇਹਾ ਆਉਂਦਾ ਕੋਈ ਕੌਮ ਪ੍ਰਤੀ ਆਉਂਦਾ ਜਾਂ ਕੋਈ ਪੰਥਕ ਮੁੱਦੇ ਆ ਉਹਨਾਂ ਪ੍ਰਤੀ ਆਉਂਦਾ ਅੱਜ ਤੱਕ ਨਹੀਂ ਕਿਸੇ ਪਾਰਟੀ ਦੇ ਹੱਕ 'ਚ ਉਹਨਾਂ ਨੇ ਦਿੱਤਾ ਹੋਏ ਕਿਸੇ ਲਾਲਚ ਬਸ ਜਾਂ ਆਪਣੀ ਰਿਹਾਈ ਦੇ ਲਾਲਚ 'ਚ ਆ ਕੇ ਕਿਸੇ ਪਾਰਟੀ ਦੇ ਹੱਕ 'ਚ ਬੋਲੇ ਹੋਣ ਕਿਸੇ ਕਿਸੇ ਦੇ ਬਰੋਚ 'ਚ ਬੋਲੇ ਹੋਣ ਅੱਜ ਤੱਕ ਸਾਬਤ ਕਰਦੇ ਇੱਕ ਵੀ ਸ਼ਬਦ ਉਹਨਾਂ ਨੇ ਕਦੇ ਬੋਲਿਆ ਹੋਏ ਜਿਹੜਾ ਵੀ ਉਹਨਾਂ ਦਾ ਸਨੇਹਾ ਹੋਂ ਦਾ ਕੌਮ ਪ੍ਰਤੀ ਆਉਂਦਾ ਅਸਲ ਮੈਂ ਤਾਂ ਕਹਿਣਾ ਵੀ ਤਖਤ ਬਸ ਹੈ ਅੰਬਹਿ ਤਖਤੇ ਦੇ ਲਾਇਕ ਜਿਹੜੇ ਜਿਸਦਾਰ ਬਣਾਏਵੇਂ ਇੱਕ ਪਰਿਵਾਰ ਦੀ ਗੁਲਾਮੀ ਕਰ ਰਹੇ ਆ ਇਹਦੇ ਲਾਇਕ ਨਹੀਂ ਜਿਹੇਦਾਰ ਉਹ ਹੈ ਜਿਹੇਦਾਰ ਜਗਤਾਰ ਸਿੰਘ ਹੰਬਾਰਾ ਜਿਹਨੂੰ 10 ਲੱਖ ਨੇ ਉਹਨੂੰ ਚੁਣਿਆ ਅੱਜ ਵੀ ਬੇਅੰਤ ਸੰਗਤਾ ਉਹਨੂੰ ਆਪਣਾ ਜਿਹੇਦਾਰ ਮੰਨਦੀਆਂ ਕਿਉਂ ਉਹਨਾਂ 'ਚ ਗੁਣ ਹੈ ਇਸ ਚੀਜ਼ ਦੇ ਅੱਜ ਤੱਕ ਨਹੀਂ ਕਦੇ ਕਿਸੇ ਦੇ ਖਿਲਾਫ ਬੋਲੇ ਕਿਸੇ ਦੇ ਹੱਕ 'ਚ ਬੋਲੇ ਕੋਈ ਨਿੱਜੀ ਫਾਇਦਾ ਨਹੀਂ ਲਿਆ ਅੱਜ ਤੱਕ ਆਪਣੀ ਜ਼ਿੰਦਗੀ ਲੈ ਖੇਲਾਈ ਹੈ ਉਹਨਾਂ ਨੇ ਐਸੇ ਕਰਕੇ ਅੱਜ ਉਹਨਾਂ ਨੂੰ ਸੰਗਤਾ ਪਿਆਰ ਕਰਦੀਆਂ ਉਹਨਾਂ ਨੂੰ ਆਪਣਾ ਜਿਹੇਦਾਰ ਮੰਨਦੀਆਂ ਉਹਨਾਂ ਦਾ ਜਦੋਂ ਵੀ ਕੋਈ ਸਨੇਹਾ ਆਉਂਦਾ ਦਾਸ ਨੂੰ ਪਹੁੰਚਦਾ ਉਹ ਕੌਮ ਪ੍ਰਤੀ ਆਉਂਦਾ ਕੋਈ ਨਿੱਜੀ ਉਸ ਵਾਸਤੇ ਨਹੀਂ ਆਉਂਦਾ ਤੇ ਸਿੱਖ ਸੰਗਤਾਂ ਨੂੰ ਲਾਸਟ ਦੇ ਵਿੱਚ ਕੀ ਅਪੀਲ ਕਰੇਗੇ ਜੀ ਕਿਉਂਕਿ ਬਲਵੰਤ ਸਿੰਘ ਰਾਜੋ ਆਣਾ ਨੇ ਤਾਂ ਅਪੀਲ ਕਰਤੀ ਆ ਕਿ ਅਕਾਲੀ ਦਲ ਨੂੰ ਵੋਟ ਦਿੱਤੀ ਜਾਵੇ ਅਕਾਲੀ ਦਲ ਦੀ ਸਪੋਰਟ ਕੀਤੀ ਜਾਵੇ ਤੁਸੀਂ ਕੀ ਜਿਹੜਾ ਮੈਸੇਜ ਆ ਉਹ ਸਿੱਖ ਸੰਗਤਾਂ ਨੂੰ ਦੇਣਾ ਚਾਹੁੰਦੇ ਹੋ ਦੇਖੋ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹੀ ਮੇਰੀ ਅਪੀਲ ਹੈ ਵੀ ਜਿਸ ਤਰ੍ਹਾਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬਿਨਾਂ ਕਿਸੇ ਪੇਤ ਪਾਪ ਤੋਂ ਬਿਨਾ ਕਿਸੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਾਥ ਦਿੱਤਾ ਹਮਦਰਦੀ ਦਿਖਾਈ ਹੈ ਮੈਂ ਉਹਨਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਨਾ ਤੇ ਅੱਗੇ ਤੋਂ ਆਸ ਰੱਖਦਾ ਵੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹ ਉਸੇ ਤਰ੍ਹਾਂ ਉਸ ਮੂਮੈਂਟ ਨੂੰ ਸਾਥ ਦੇਣਗੇ ਜਿਸ ਤਰ੍ਹਾਂ ਉਹਨਾਂ ਨੇ ਪਿੱਛੇ দেয়া ਜਿਸ ਤਰ੍ਹਾਂ ਸੰਗਤਾਂ ਦੀਆਂ ਅਰਦਾਸਾਂ ਹੋਈਆਂ ਅੱਗੇ ਵੀ ਉਹ ਅਰਦਾਸਾਂ ਜਾਰੀ ਰੱਖਣ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਦਿਨ ਦੂਰ ਨਹੀਂ ਜਿਸ ਦਿਨ ਉਹ ਬੰਦੀ ਸਿੰਘ ਰਹਾ ਹੋ ਕੇ ਸਾਡੇ ਵਿੱਚ ਆਉਣਗੇ ਕਿੱਥੇ ਤੱਕ ਪਹੁੰਚ ਗਿਆ ਬਾਪੂ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਕਾਰਜ ਕੀਤਾ ਜਾ ਰਿਹਾ ਹੈ 11 ਜਨਵਰੀ ਨੂੰ ਜਿਹੜਾ ਅਸੀਂ ਫਤਿਹਗੜ੍ਹ ਸਾਹਿਬ ਤੋਂ ਰੋਸ ਮਾਰਚ ਕੱਢਿਆ ਸੀ ਉਹ ਚੰਡੀਗੜ੍ਹ ਜਾ ਕੇ ਗਵਰਨਰ ਸਾਹਿਬ ਨੂੰ ਮੈਮੋਰੰਡਮ ਦਿੱਤਾ ਉਹਨਾਂ aí ਬੰਦੀ ਸਿੰਘਾਂ ਦੀ ਉਹਨਾਂ ਨੇ ਸਾਨੂੰ ਉਸ ਦਿਨ ਭਰੋਸਾ ਦੁਆਇਆ ਵੀ ਜਿਨ੍ਹਾਂ ਦੀ ਸਜ਼ਾ 25 ਸਾਲ ਬਣਦੀ ਹੈ ਆ 25 ਸਾਲ ਤੋਂ ਉੱਪਰ ਬਣਦੀ ਹੈ ਉਹਨਾਂ ਨੂੰ ਮੈਂ ਜਲਦੀ ਰਿਹਾ ਕਰਾਵਾਂਗਾ ਉਹ ਪ੍ਰੋਸੈਸ ਚੱਲ ਰਿਹਾ ਹਰ ਰੋਜ਼ ਤਕਰੀਬਨ ਸਾਡਾ ਸਾਡੇ ਵਕੀਲ ਐਡਵੋਕੇਟ ਅਮਰ ਸਿੰਘ ਚਾਲ ਉਹਨਾਂ ਦੇ ਸਾਥੀ ਵਕੀਲ ਨੇ ਭਾਈ ਦਲਸ਼ੇਰ ਸਿੰਘ ਜਾ ਕੇ ਉਸ ਕਾਰਵਾਈ ਦੀ ਉਹ ਅਪਡੇਟ ਡੈਲੀ ਉਹ ਦੱਸ ਰਹੇ ਸੰਗਤਾਂ ਨੂੰ ਜਾ ਵੀ ਰਹੇ ਆ ਸਾਡਾ ਸੰਪਰਕ ਬਣਿਆ ਜਦੋਂ ਤੱਕ ਉਹ ਰਿਹਾ ਨਹੀਂ ਹੁੰਦੇ ਸਾਡੀ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਜੀ ਜੀ ਧੰਨਵਾਦ ਬਾਪੂ ਜੀ ਸਮਾਂ ਦੇਣ ਲਈ ਹਾਂਜੀ ਇਹ ਸੰਨ ਬਾਪੂ ਗੁਰਚਰਨ ਸਿੰਘ ਜੋ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਦੇ ਪਿਤਾ ਵੀ ਕਹੇ ਜਾਂਦੇ ਨੇ ਹਰ ਇੱਕ ਮੈਸੇਜ ਹੈ ਜਿਹੜਾ ਉਹਨਾਂ ਦਾ ਇਹਨਾਂ ਕੋਲ ਪਹੁੰਚਦਾ ਹੈ ਸਿੱਖ ਸੰਗਤਾਂ ਦੇ ਲਈ ਅਸੀਂ ਇਹਨਾਂ ਨਾਲ ਆ ਤੁਹਾਡੀ ਮੁਲਾਕਾਤ ਕਰਵਾਈ ਫਿਰ ਅੱਗੇ ਵੀ ਅਸੀਂ ਅਜਿਹੀਆਂ ਸਿੱਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ ਫਿਲਹਾਲ ਮੈਨੂੰ ਮਨਵਿੰਦਰ ਸਿੰਘ ਨੂੰ ਦੋ ਆ ਗਿਆ ਧੰਨਵਾਦ